ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਘੁੰਮਣ ਲਾਈਵ ਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਅੱਜ ਜਿਸ ਅਸੀਂ ਸ਼ਖਸ ਨਾਲ ਤੁਹਾਡੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਅਤੇ ਇਹਨਾਂ ਨੇ ਬੈਲ ਗੱਡੀਆਂ ਦੀ ਦੌੜ ਵਿੱਚ ਅਤੇ ਹਾਲਟ ਦੀ ਦੌੜ ਵਿੱਚ ਆਪਣੇ ਬਤੌਰ ਕਮੈਂਟਰ ਦੇ ਤੌਰ 'ਤੇ ਅਤੇ ਟਾਈਮਿੰਗ ਕੀਪਿੰਗ ਦੀ ਅਤੇ ਵੱਡੀਆਂ ਸੇਵਾਵਾਂ ਨਿਭਾਈਆਂ ਨੇ। ਆਓ ਗੱਲਬਾਤ ਕਰਦੇ ਹਾਂ ਮਾਸਟਰ ਅਵਤਾਰ ਸਿੰਘ ਧਨੌਰੀ ਜੀ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ, ਠੀਕ ਠਾਕ ਹੋ ਜੀ? ਘੁੰਮਣ ਲਾਈਵ ਟੀ ਵੀ ਵਾਲੇ ਵੀਰਾਂ ਦਾ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਖਦੇ ਹਾਂ। ਤੋ ਇਸ ਚੈਨਲ ਨੂੰ ਦੇਖ ਰਹੇ ਮੈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਮਾਸਟਰ ਜੀ, ਪਹਿਲਾਂ ਤਾਂ ਆਪਣੇ ਤੁਸੀਂ ਸਾਨੂੰ ਆਪਣੇ ਜਨਮ ਬਾਰੇ ਦੱਸੋ ਜੀ। ਜਨਮ ਆਪਣਾ ਕਿੱਥੋਂ ਦਾ ਜੀ? ਮੇਰਾ ਜਨਮ ਜੀ ਧਨੌਰੀ ਪਿੰਡ ਹੋਇਆ ਜੀ। ਠੀਕ ਹੈ ਜੀ। ਅਤੇ 21/8/1986 ਨੂੰ। ਹਾਂਜੀ ਠੀਕ ਹੈ ਠੀਕ ਹੈ। ਮਾਸਟਰ ਜੀ, ਇਸ ਵੇਲੇ ਪਰਿਵਾਰ 'ਚ ਕੌਣ ਕੌਣ ਨੇ? ਪਰਿਵਾਰ ਦੇ ਵਿੱਚ ਜੀ ਮੇਰੇ ਮਾਤਾ ਜੀ ਸਵਰਨ ਕੌਰ। ਹਾਂਜੀ। ਅਤੇ ਮੇਰੇ ਦਾਦੀ ਜੀ ਜੋਗਿੰਦਰ ਕੌਰ ਜੀ। ਠੀਕ ਹੈ ਜੀ। ਅਤੇ ਮੇਰੀ ਵਾਈਫ ਹੈ ਕੁਲਦੀਪ ਕੌਰ। ਕੁਲਦੀਪ। ਤੋਂ ਛੋਟੀਆਂ ਬੱਚੀਆਂ ਨੇ ਜੀ, ਅਵਨੀਤ ਕੌਰ ਅਤੇ ਅਨੁਰੀਤ ਕੌਰ। ਠੀਕ ਹੈ ਠੀਕ ਹੈ। ਕਿੰਨੇ ਕਿੰਨੇ ਸਾਲ ਦੀ ਹੈ? ਇੱਕ ਬੇਟੀ ਜੀ ਮੇਰੀ 4 ਸਾਲਾਂ ਦੀ ਹੈ ਜੀ। ਠੀਕ ਹੈ ਜੀ। ਇੱਕ ਬੇਟੀ ਮੇਰੀ 8 ਮਹੀਨਿਆਂ ਦੀ ਹੈ। 8 ਮਹੀਨਿਆਂ ਦੀ। ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਪਿੰਦਰ ਸਿੰਘ ਜੀ, ਉਦੋਂ ਮੈਂ ਬਹੁਤ ਛੋਟੀ ਉਮਰ ਸੀ, ਬਹੁਤ ਛੋਟੀ ਉਮਰ 'ਚ ਸਭ ਤੋਂ ਸਦਾ ਲਈ ਵਿਛੜ ਗਏ ਤੇ ਤੋ ਸਾਡੀ ਮਾਤਾ ਜੀ ਸਵਰਨ ਕੌਰ ਨੇ ਸਾਨੂੰ ਪਾਲਿਆ, ਸਾਡਾ ਪਾਲਣ ਪੋਸ਼ਣ ਕੀਤਾ ਜੀ। ਠੀਕ ਹੈ ਜੀ। ਸੋ ਪਿਤਾ ਦਾ ਸਾਇਆ ਉੱਠ ਜਾਣ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੀ ਵੀ ਜ਼ਿੰਦਗੀ ਬੜੇ ਸੰਘਰਸ਼ ਆਉਂਦੀ ਹੈ। ਡਾਕਟਰ ਜੀ, ਤੁਸੀਂ ਆਪਣੂੰ ਪੜ੍ਹਾਈ ਬਾਰੇ ਜ਼ਰੂਰ ਸਾਨੂੰ ਦੱਸੋ ਵੀ ਪੜ੍ਹਾਈ। ਮੈਂ ਜੀ ਪੜ੍ਹਾਈ ਤਾਂ ਆਪਣੇ ਹੀਰਾ ਪਬਲਿਕ ਹਾਈ ਸਕੂਲ ਕਾਈਨੌਰ ਤੋਂ ਮੈਂ ਮਤਲਬ ਪਲੱਸ ਟੂ ਤੱਕ ਪੜ੍ਹਾਈ ਕੀਤੀ ਹੈ। ਹਾਂਜੀ ਠੀਕ ਹੈ ਠੀਕ ਹੈ। ਉਸ ਤੋਂ ਅੱਗੇ ਤਾਂ ਫਿਰ ਨਹੀਂ ਪੜ੍ਹ ਸਕੇ। ਠੀਕ ਹੈ। ਹਾਂਜੀ। ਮਾਸਟਰ ਜੀ, ਇਸ ਤਰ੍ਹਾਂ ਆਪਾਂ ਸ਼ੌਂਕ ਦੀ ਗੱਲ ਕਰੀਏ, ਜਿੱਦਾਂ ਤੁਸੀਂ ਟਾਈਮਿੰਗ ਕੀਪਿੰਗ ਜਾਂ ਹਲਟ ਦੌੜਾਂ ਦੀ ਟਾਈਮਿੰਗ ਕੀਪਿੰਗ ਲਾਉਂਦੇ ਆ, ਤੁਹਾਨੂੰ ਸ਼ੌਂਕ ਆ ਬਲਦਾਂ ਦਾ? ਪਰਿਵਾਰ ਵਿੱਚ ਪਹਿਲਾਂ ਕੋਈ ਬਲਦ ਰੱਖਦਾ ਸੀ ਜਾਂ ਕਿੱਦਾਂ ਇਸ ਖੇਤਰ ਵਿੱਚ ਕਿੱਦਾਂ ਆਉਣਾ ਹੋਇਆ? ਇਹ ਖੇਤਰ 'ਚ ਦੇਖੋ ਜੀ, ਗੱਲ ਆਏ ਆ ਜੀ, ਮੇਰੇ ਪਿਤਾ ਜੀ ਸਰਦਾਰ ਸੁਪਿੰਦਰ ਸਿੰਘ ਜੀ, ਹਾਂਜੀ, ਬੜੇ ਉਹਨਾਂ ਨੇ ਵਧੀਆ ਖੇਤੀਬਾੜੀ ਵਾਲੇ ਬਲਦ ਰੱਖਿਆ, ਲੇਕਿਨ ਦੌੜਾਂ 'ਚ ਤਾਂ ਨਹੀਂ ਉਹਨਾਂ ਨੇ ਬਲਦ ਲਏ, ਲੇਕਿਨ ਉਹ ਖੇਤੀ ਦੇ ਨਾਲ ਨਾਲ ਵਧੀਆ ਬਲਦ ਉਹਨਾਂ ਨੇ ਰੱਖੇ ਆ। ਠੀਕ ਹੈ। ਹਾਂਜੀ ਹਾਂਜੀ। ਮਾਸਟਰ ਜੀ, ਸਾਨੂੰ ਆਪਣੇ ਦਰਸ਼ਕਾਂ ਨੂੰ ਜ਼ਰੂਰ ਇਹ ਦੱਸੋ ਵੀ ਜਿਹੜੀ ਟਾਈਮ ਕੀਪਿੰਗ ਦੀ ਜਿਹੜੀ ਤੁਸੀਂ ਇਹ ਆਪਣੀਆਂ ਸੇਵਾਵਾਂ ਨਿਭਾਉਂਦੇ ਹੋ, ਇਹ ਤੁਹਾਡੇ ਉਸਤਾਦ ਜੀ ਕੌਣ ਨੇ ਅਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਸੇਵਾਵਾਂ ਨਿਭਾਉਂਦੇ ਨੂੰ ਜੀ? ਟਾਈਮ ਕੀਪਰ ਦੀ ਸੇਵਾ ਜੀ ਮੈਂ ਸਾਡੇ ਉਸਤਾਦ ਨੇ ਜੀ ਮਾਸਟਰ ਗੁਰਮੇਲ ਸਿੰਘ ਜੀ ਚੱਲੀਆਂ ਕਲਾਂ। ਠੀਕ ਹੈ ਜੀ। ਜਿਹੜੇ ਲੰਬਾ ਸਮਾਂ ਜਾਣਾ 40 ਸਾਲ ਤੋਂ ਇਹਨਾਂ ਖੇਡਾਂ ਦੇ ਨਾਲ ਜੁੜੇ ਹੋਏ। ਹਾਂਜੀ ਹਾਂਜੀ ਹਾਂਜੀ। ਮੈਂ ਆਪਣੇ ਉਸਤਾਦ ਧਾਰਿਆ ਜੀ ਮਾਸਟਰ ਗੁਰਮੇਲ ਸਿੰਘ ਚੱਲੀਆਂ ਕਲਾਂ ਨੂੰ। ਠੀਕ ਹੈ ਜੀ। ਇਹਨਾਂ ਨੇ 23 ਜਨਵਰੀ 2010 ਨੂੰ ਮੈਨੂੰ ਬਤੌਰ ਆਪਣੇ ਨਾਲ ਉਹਨਾਂ ਨੇ ਮੈਨੂੰ ਇਸ ਖੇਡ ਦੇ ਜੋ ਬਰੀਕੀਆਂ ਉਹਨਾਂ ਨੇ ਮੈਨੂੰ ਉਹਨਾਂ ਬਾਰੇ ਦੱਸਿਆ। ਕਾਫੀ ਲੰਬੇ ਸਮੇਂ ਤੋਂ ਜੁੜੇ, ਬਹੁਤ ਲੰਬੇ ਸਮੇਂ ਤੋਂ ਉਹਨਾਂ ਨੇ, ਤੁਹਾਨੂੰ ਪਤਾ ਹੀ ਹੈ ਜੀ, ਕਿਉਂਕਿ ਬਹੁਤ ਵੱਡਾ ਨਾਮ ਬਣਾਇਆ ਮਾਸਟਰ ਗੁਰਮੇਲ ਸਿੰਘ ਜੀ ਚੱਲੀਆਂ ਕਲਾਂ। ਹਾਂਜੀ ਹਾਂਜੀ। ਜਿਨ੍ਹਾਂ ਨੇ ਦੇਖੋ ਜੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਦੌੜ ਹੋਈ ਆ ਤਾਂ ਉਹ ਮਾਸਟਰ ਜੀ ਕਰਾਈ ਸਨਮਾਨ ਉਹਨਾਂ ਦਾ ਮੈਂ ਬਹੁਤ ਰਿਣੀ ਹੈ ਜੀ, ਕਿਉਂਕਿ ਉਹਨਾਂ ਨੇ ਮੈਨੂੰ ਆਪਦਾ ਸ਼ਾਗਿਰਦ ਬਣਾ ਕੇ ਜੀ ਤੁਹਾਡੇ ਰੂਬਰੂ ਕੀਤਾ ਜੀ। ਅਤੇ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਇਹ ਦੌੜ ਕਰਵਾ ਚੁੱਕੇ ਹੋ? ਹਲਟ ਦੌੜ ਦੀ ਅਤੇ ਦੋਹਰੀ ਦੌੜ ਦੀ, ਕੈਰੀ ਦੌੜ ਦੀ, ਕਿਹੜੇ ਕਿਹੜੇ ਖੇਤਰਾਂ 'ਚ ਜਾ ਕੇ ਤੁਸੀਂ ਇਹ ਦੌੜ ਕਰਵਾਈ ਹੈ? ਮੈਂ ਜੀ ਵੈਸੇ ਆਪਣੇ ਮਾਲਵੇ ਦੇ ਵਿੱਚ ਵੀ ਖੇਡਾਂ, ਜ਼ਿਆਦਾਤਰ ਖੇਡਾਂ ਜੀ ਮੈਂ ਦੁਆਬੇ ਦੇ ਵਿੱਚ ਜਿਹੜੀਆਂ ਭਜਾਈਆਂ। ਦੁਆਬੇ ਦੇ ਵਿੱਚ ਹਲਟ ਦੌੜ ਕਿ ਦੋਹਰੀ ਦੌੜ? ਦੋਹਰੀਆਂ ਦੌੜਾਂ, ਕੈਰੀਆਂ ਦੌੜਾਂ ਅਤੇ ਹਲਟ ਦੌੜਾਂ ਮੈਨੂੰ ਦੁਆਬੇ ਦੇ ਵਿੱਚ ਮੈਂ ਸਭ ਤੋਂ ਖੇਡਾਂ ਜਿਹੜੀਆਂ ਭਜਾਈਆਂ, ਮੈਂ ਦੁਆਬੇ ਦੇ ਵਿੱਚੋਂ ਮੈਨੂੰ ਬਹੁਤ ਵੱਡਾ ਮਾਣ ਮਿਲਿਆ। ਇਸੇ ਤਰ੍ਹਾਂ ਹੁਣ ਮਾਲਵੇ ਦੇ ਵਿੱਚ ਵੀ ਵਧੀਆ ਮਿਲ ਰਿਹਾ। ਹਾਂਜੀ ਹਾਂਜੀ ਹਾਂਜੀ। ਦੋਵੇਂ ਜਿਸ ਤਰ੍ਹਾਂ ਤੁਸੀਂ ਆਪਣੀ ਟਾਈਮਿੰਗ ਕੀਪਿੰਗ ਦੀ ਸੇਵਾਵਾਂ ਨਿਭਾਉਂਦੇ ਹੋ, ਤੁਹਾਡੇ ਹਿਸਾਬ ਨਾਲ ਇਹ ਕਿੰਨਾ ਕੁ ਕੰਮ ਔਖਾ ਵਾ ਜਾਂ ਇਹ ਤੁਸੀਂ ਆਪਣੇ ਸ਼ਬਦਾਂ ਰਾਹੀਂ ਜ਼ਰੂਰ ਸਾਨੂੰ ਇਹ ਸਾਂਝੀ ਕਰੋ? ਇਹ ਕੰਮ ਤਾਂ ਜੀ ਤੁਹਾਨੂੰ ਪਤਾ ਹੀ ਹੈ, ਕੋਈ ਵੀ ਕੰਮ ਕਰਦੇ ਹੋ ਆਪਾਂ ਨੂੰ ਪਹਿਲਾਂ ਤਾਂ ਇੱਕ ਵਾਰੀ ਤਾਂ ਔਖਿਆ ਹੀ ਲੱਗਦੀ ਹੈ, ਲੇਕਿਨ ਕੰਮ ਔਖਾ ਵੀ ਹੈ ਅਤੇ ਇਹ ਕੰਮ ਹੈ ਜੀ ਮਤਲਬ ਸੱਚਾਈ ਦਾ ਕੰਮ। ਸੱਚਾਈ ਦਾ ਕੰਮ ਹੈ ਬਿਲਕੁਲ ਬਹੁਤ, ਕਿਉਂਕਿ ਗੱਲ ਐਂ ਕਹੂ ਦੇ ਜਾਏ ਪੁੱਤਾਂ ਵਾਂਗੂ ਪਾਲ ਕੇ ਵੀਰ ਆਪਣੇ ਖੇਡ ਮੇਲਿਆਂ 'ਚ ਲਿਆਉਂਦੇ ਹਾਂ ਤਾਂ ਸਾਨੂੰ ਬਤੌਰ ਏ ਜੱਜ ਦੀ ਭੂਮਿਕਾ ਨਿਭਾਉਣ ਲਈ ਸਾਡੇ ਹੱਥਾਂ 'ਚ ਫੈਸਲਾ ਦਿੰਦੇ ਹਾਂ ਤਾਂ ਅਸੀਂ ਵਾਕਿਆ ਇਨਸਾਫ਼ ਦੇ ਨਾਲ ਜੀ, ਕਿਉਂਕਿ ਗਊ ਦੇ ਜਾਇਆਂ ਦੇ ਇਹਨਾਂ ਨੇ ਦੇਖੋ ਕਿੱਥੇ ਕਿੱਥੇ ਤੱਕ ਪਛਾਣ ਬਣਾਤੀ ਹੈ। ਬਿਲਕੁਲ ਜੀ ਬਿਲਕੁਲ। ਹਾਂਜੀ ਹਾਂਜੀ, ਕਿਉਂਕਿ ਸਹੀ ਇਨਸਾਫ਼ ਦਾ ਕੰਮ ਹੈ ਜੀ ਇਹ, ਬਹੁਤ ਸੱਚਾਈ ਦਾ ਕੰਮ ਹੈ। ਸੱਚਾਈ ਦਾ ਕੰਮ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਇੱਕ ਇੱਕ ਪੁਆਇੰਟ ਦਾ ਵੀ ਹੁਣ ਪੈ ਰਿਹਾ ਫਰਕ ਜੀ। ਹਾਂਜੀ ਹਾਂਜੀ, ਕਿਉਂਕਿ ਹੁਣ ਬਹੁਤ ਇਹ ਗੇਮ ਦੌੜਾਂ ਛੋਟੀਆਂ ਹੋ ਗਈਆਂ ਜੀ, ਪਹਿਲਾਂ ਤਾਂ ਦੇਖ ਲਓ ਤੁਸੀਂ ਬੈਲ ਗੱਡੀਆਂ ਜਿਹੜੀ ਦੌੜ ਹੁੰਦੀ ਤੀ ਜੀ
8 8 ਕਿੱਲੇ 9 9 ਕਿੱਲੇ ਦੌੜ ਹੋਇਆ ਕਰਦੀ ਸੀ। ਦੌੜ ਹੁੰਦੀ ਸੀ ਹਾਂਜੀ, ਕਿਉਂਕਿ ਫਿਰ ਉਹਦੇ ਨਾਲ ਹੁਣ ਦੌੜ ਵੀ ਛੋਟੀ, ਹੁਣ ਤਾਂ ਬਹੁਤ ਮੁਕਾਬਲਾ ਜਿਹੜਾ ਖੇਡਾਂ ਦੇ ਵਿੱਚ ਕਾਫੀ ਸਖਤ ਹੋ ਗਿਆ। ਹਾਂਜੀ ਬਹੁਤ ਸਖਤ ਹੋ ਗਿਆ, ਅੱਗੇ ਜਿਹੜੇ ਬਲਦਾ ਰਹੇ ਆ ਤੇ ਕਾਫੀ ਵਧੀਆ ਆ ਰਹੇ ਆ, ਯਾਨੀ ਕਿ ਪੁਆਇੰਟ ਪੁਆਇੰਟ ਦੀ ਟੱਕਰ ਹੋ ਰਹੀ ਆ ਜੀ। ਹਾਂਜੀ ਬਹੁਤ ਟੱਕਰ ਹੈ ਜੀ ਹੁਣ ਖੇਡ ਦੇ ਵਿੱਚ, ਇਹ ਬਹੁਤ ਮਤਲਬ ਕਿਉਂਕਿ ਆਪਾਂ ਸਹੀ ਇਨਸਾਫ ਦਿੰਦੇ ਤਾਂ ਭਾਈਚਾਰੇ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਹੈ ਜੀ। ਹਾਂਜੀ ਹਾਂਜੀ ਇਹ ਮਾਸਟਰ ਜੀ ਸਾਡੇ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰੋ, ਵੀ ਜਿਸ ਤਰ੍ਹਾਂ ਹਰ ਇੱਕ ਮੇਲੇ ਦੇ ਵਿੱਚ ਮਾਣ ਸਨਮਾਨ ਬਤੌਰ ਕਮੈਂਟਰ ਨੂੰ ਕਰਦੇ ਆ ਜੀ, ਅਤੇ ਤੁਹਾਨੂੰ ਕਿੰਨਿਆਂ ਕੁ ਮੇਲਿਆਂ ਵਿੱਚ ਮਾਣ ਸਨਮਾਨ ਹਾਲੇ ਤੱਕ ਸਾਡੇ ਵੀਰਾਂ ਨੇ ਕੀਤਾ? ਹਾਂ ਮੈਨੂੰ ਜੀ ਸਭ ਤੋਂ ਪਹਿਲਾਂ ਹੈਪੀ ਮੁੰਡੀਆਂ USA ਜਿਨ੍ਹਾਂ ਨੇ ਇਸ ਸਾਲ ਮੋਟਰਸਾਈਕਲ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਜੀ ਮੇਰਾ। ਠੀਕ ਹੈ ਜੀ। ਸੰਦੀਪ ਸਿੰਘ ਬਹਿਲਪੁਰ, ਬਹਿਲਪੁਰ ਠੀਕ ਹੈ ਜੀ। ਹਾਂਜੀ ਸ਼ਮਸ਼ੇਰ ਸਿੰਘ ਜੀ ਅੱਚਰਵਾਲ, ਠੀਕ ਹੈ। ਅਵਤਾਰ ਸਿੰਘ ਜੀ ਤਾਰਾ ਦੌਦਰ, ਠੀਕ ਹੈ। ਵੀਰਾਂ ਨੇ ਮੈਨੂੰ ਇਸ ਸਾਲ ਮੋਟਰਸਾਈਕਲ ਦਿੱਤਾ ਜੀ। ਠੀਕ ਹੈ ਜੀ। ਅਸੀਂ ਇੱਕ ਮੇਲੇ ਵਿੱਚ ਮਾਸਟਰ ਜੀ ਤੁਹਾਨੂੰ ਦੇਖਿਆ ਸੀ ਵੀ ਤੁਹਾਡੇ ਨਾਲ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨ ਕੀਤਾ ਜੀ, ਹੁਣ ਤੱਕ ਕਿੰਨੇ ਸੋਨੇ ਦੀਆਂ ਮੁੰਦੀਆਂ ਨਾਲ ਤੁਹਾਡਾ ਸਨਮਾਨ ਹੋ ਚੁੱਕਾ ਹੈ? ਐਸੇ ਸਾਲ ਜੀ ਜਿਸ ਤਰ੍ਹਾਂ ਸਾਡੇ ਵੀਰ ਨੇ ਗਗਨ ਜਗਤਪੁਰੀ, ਗਗਨ ਜਗਤਪੁਰੀ, ਠੀਕ ਹੈ, ਗਗਨ ਜਗਤਪੁਰੀ, ਹਾਂਜੀ, ਜਿਨ੍ਹਾਂ ਨੇ ਮੇਰਾ ਸੋਨੇ ਦੀ ਮੁੰਦਰੀ ਵਿਸ਼ੇਸ਼ ਸਨਮਾਨ ਕੀਤਾ, ਤੇ ਗੁਰਦੇਵ ਸਿੰਘ ਦੇਬਾ ਧਾਰੀਵਾਲ ਜਿਹੜੇ ਹਲਟ ਦੌੜਦਾ ਹਰ ਸਾਲ ਵੱਡਾ ਖੇਡ ਮੇਲਾ ਵੀ ਕਰਾਉਂਦੇ, ਉਹਨਾਂ ਨੇ ਜੰਡੇ ਵਾਲੇ ਲਾਗੇ ਧਾਰੀਵਾਲ, ਦੇਬਾ ਧਾਰੀਵਾਲ, ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਵੀ ਮੇਰਾ ਮਾਣ ਕੀਤਾ ਜੀ ਇਸ ਤਰ੍ਹਾਂ। ਠੀਕ ਹੈ ਜੀ। ਨਹੀਂ ਬਸਿਆਲੇ ਦੇ ਖੇਡ ਮੇਲੇ ਤੇ ਬਹੁਤ ਮਾਣ ਮੈਨੂੰ ਸੋਨੇ ਦੇ ਕੈਂਠੇ ਦੇ ਨਾਲ ਸਨਮਾਨਿਆ। ਠੀਕ ਹੈ। ਆਪਣੇ ਸਮੂਹ ਕਮੇਟੀ ਵੱਲੋਂ ਸਿਮਰਨ ਬਸਿਆਲਾ, ਬਾਈ ਹਰਦੀਪ ਸਿੰਘ ਜੀ ਅਤੇ ਭਿੰਦੇ ਉਹਨਾਂ ਸਮੂਹ ਕਮੇਟੀ ਦਾ, ਭਾਵੇਂ ਸਾਰੇ ਪ੍ਰਬੰਧਕ ਵੀਰਾਂ ਦਾ, ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਵੱਲੋਂ ਵੀ ਵੱਡਾ ਮਾਣ ਮੇਰਾ ਸਨਮਾਨ ਮਿਲ। ਹਾਂਜੀ ਹਾਂਜੀ। ਠੀਕ ਹੈ। ਸੋ ਅਸੀਂ ਆਪਣੀ ਪੂਰੀ ਟੀਮ ਵੱਲੋਂ ਅਤੇ ਆਪਣੇ ਜਿੰਨੇ ਵੀ ਵੀਰ ਬਲਦ ਦੌੜਾਕ ਸ਼ੌਂਕ ਰੱਖਦੇ ਆ ਜੀ, ਅਸੀਂ ਤੁਹਾਡਾ ਅਤੇ ਤੁਹਾਡੇ ਪੂਰੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਜੀ ਕਿ ਜਿਹੜਾ ਤੁਸੀਂ ਆਪਣੇ ਹਲਟ ਦੌੜ ਦੀ ਜਾਂ ਕਮੈਂਟਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋ। ਅਸੀਂ ਬੈਲ ਗੱਡੀਆਂ ਜਿੰਨੇ ਵੀ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਮੈਂ ਜੀ ਸਾਰੇ ਬੈਲ ਗੱਡੀਆਂ ਵਾਲੇ ਵੀਰਾਂ ਦਾ ਅਤੇ ਹਲਟ ਦੌੜ ਦੇ ਸ਼ੌਕੀਨ ਵੀਰਾਂ ਦਾ, ਮੈਂ ਉਹਨਾਂ ਪਰਿਵਾਰਾਂ ਦਾ ਜਿਹਨਾਂ ਮੈਨੂੰ ਬਹੁਤ ਵੱਡਾ, ਸਾਰੇ ਪੰਜਾਬ ਵਾਸੀਆਂ ਦਾ, ਬੈਲ ਗੱਡੀਆਂ ਦੇ ਹਲਟ ਦੌੜ ਦੇ ਸ਼ੌਕੀਨ ਵੀਰਾਂ ਦਾ ਬਹੁਤ ਸਹਿਯੋਗ ਹੈ ਜੀ। ਮੈਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ। ਘੁੰਮਣ ਲਾਈਵ TV ਜਿਨ੍ਹਾਂ ਨੇ ਅੱਜ ਸਾਡੇ ਗ੍ਰਹਿ ਪਹੁੰਚ ਕੇ ਜੋ ਸਾਡੇ ਨਾਲ ਇਸ ਖੇਡ ਦੇ ਜੋ ਰਾਬਤਾ ਕਾਇਮ ਕੀਤਾ, ਮੈਂ ਚੈਨਲ ਵਾਲੇ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।